ਬੰਦੇ ਫੱਟੇ 'ਚ ਆਉਣਾ ਚਾਹੁੰਦੇ ਆ ਅਤੇ ਆਹ ਚੀਜ਼ਾਂ ਤੁਹਾਡੇ ਨਾਲ ਹੋਣੀਆਂ ਹੀ ਹੋਣੀਆਂ ਬਾਈ ਜੀ। ਐਡੀ ਵੱਡੀ ਗੱਲ ਨਹੀਂ ਹੈਗੀ, ਹੁਣ ਮੈਂ ਬਾਹਲੀ ਤੁਹਾਨੂੰ ਵੱਡੀ ਬਣਾ ਕੇ ਦੱਸਦਾ, ਪਰ ਬੰਦਾ ਲਿਬੜਦਾ ਵਾ ਗਰਮੀ 'ਚ, ਮਰਦਾ ਰੀਫਰ ਵਾਂਗੂ ਨਹੀਂ ਆ ਜਾਂ ਡਰਾਈਵਰ ਵਾਂਗੂ ਨਹੀਂ ਵੀ ਗਏ ਨਹਾਤੇ ਧੋਤੇ ਫਰੈਸ਼ ਸੀਗੇ, ਜਾ ਕੇ ਡੋਗ 'ਤੇ ਲਾਇਆ ਅਤੇ ਸੌਂ ਗਏ, ਅਤੇ ਜਦੋਂ ਲੈ ਗਿਆ ਜਾਂ ਲੱਦਿਆ ਗਿਆ ਉਦੋਂ ਤੁਰ ਪਏ। ਕੰਮ ਕਰਨਾ ਪੈਂਦਾ ਇੱਥੇ ਬਾਹਰ ਜਿਵੇਂ ਤੁਸੀਂ ਦੇਖ ਹੀ ਲਿਆ। ਸੀਲ ਪਾਉਣੀ ਸੀਗੀ ਆਪਾਂ ਬਾਈ ਜੀ, $53 ਦੀ ਸੀਲ ਆ ਜਿਹੜੀ ਆਪਾਂ ਪਾਉਣੀ ਸੀ, ਅਤੇ $1100 ਆਪਣਾ ਲੱਗ ਗਿਆ। ਸਤਿ ਸ਼੍ਰੀ ਅਕਾਲ ਬਾਈ ਜੀ, ਸੈੱਟ ਹੋ ਬਾਈ ਜੀ? ਆਪਾਂ ਤਾਂ ਉੱਥੇ ਹੀ ਖੜ੍ਹੇ ਹਾਂ ਬਾਈ ਜੀ ਜਿੱਥੇ ਆਪਾਂ ਲਾਸਟ ਵਲੌਗ ਐਂਡ ਕੀਤਾ ਸੀਗਾ। ਜਿਨ੍ਹਾਂ ਨੇ ਪਿਛਲਾ ਵਲੌਗ ਦੇਖ ਲਿਆ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਚੱਕਰ ਪਿਆ ਹੋਇਆ। ਆਪਣੇ ਟਰੱਕ ਦੀ ਹੱਬ ਸੀਲ ਲੀਕ ਹੋ ਗਈ ਸੀਗੀ, ਅਤੇ ਉਹ ਠੀਕ ਕਰਾਉਣ ਵਾਸਤੇ ਆਪਾਂ ਮਕੈਨਿਕ ਦੀ ਸ਼ੋਪ 'ਤੇ ਆ ਕੇ ਖੜ੍ਹ ਗਏ ਸੀਗੇ, ਕੱਲ੍ਹ ਖੜ੍ਹੇ ਸੀਗੇ, ਅਤੇ ਇੱਥੇ ਆਪਾਂ ਨੂੰ ਇੱਕ ਪਾਰਟ ਚਾਹੀਦਾ ਸੀਗਾ, ਉਹ ਆਪਾਂ ਨੂੰ ਇਹਨਾਂ ਕੋਲ ਹੈ ਨਹੀਂ ਸੀਗਾ, ਅਤੇ ਉਹ ਅੱਜ ਲੈ ਕੇ ਆਏ ਹੋਣਗੇ। ਹੁਣ ਮੈਂ ਹੁਣੇ ਉੱਠਿਆ ਸੁੱਤਾ ਅਤੇ ਉਹਨਾਂ ਕੋਲ ਜਾ ਕੇ ਦੇਖਦੇ ਹਾਂ ਵੀ ਮਿਲ ਗਿਆ ਕਿ ਨਹੀਂ ਮਿਲਿਆ, ਕੀ ਹਿਸਾਬ ਕਿਤਾਬ ਆ। ਆਹ ਵਾਲੀ ਨਹੀਂ ਸੀ, ਆਹ ਵਾਲੀ ਸੀ, ਕਿੱਧਰ ਟੱਕਰਾ ਮਰੀ ਜਾਂਦਾ ਸੁੱਤਾ ਪਿਆ। ਆਹ ਹੱਬ ਸੀਲ ਆਪਣੀ ਲੀਕ ਸੀਗੀ, ਤੇਲ ਲੀਕ ਕਰਦਾ ਸੀ, ਅਤੇ ਚੱਕਰ ਕੀ ਸੀਗਾ, ਤੇਲ ਤਾਂ ਲੀਕ ਕਰਦਾ ਸੀ, ਚਲੋ ਪਤਾ ਮੈਨੂੰ ਕਿਵੇਂ ਲੱਗਿਆ ਜਦੋਂ ਬ੍ਰੇਕ ਲਾਉਂਦਾ ਸੀਗਾ, ਬ੍ਰੇਕ ਗਰਮ ਹੋਈ ਅਤੇ ਬ੍ਰੇਕ ਦੇ ਨਾਲ ਜਾ ਕੇ ਡਿਸਕ ਬ੍ਰੇਕਾਂ ਦੇ ਨਾਲ ਤੇਲ ਟੱਚ ਹੋਇਆ ਜਾ ਕੇ, ਹੈ ਨਾ, ਅਤੇ ਉਹ ਧੂੰਆਂ ਨਿਕਲਿਆ, ਅਤੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਹੱਬ ਸੀਲ ਲੀਕ ਹੋ ਗਈ ਬਾਈ ਜੀ। ਅਤੇ ਚੱਕਰ ਹੁਣ ਇਹ ਪਿਆ, ਕੰਮ ਤਾਂ ਵੈਸੇ ਸਿੰਪਲ ਹੀ ਹੱਬ ਸੀਲ ਚੇਂਜ ਕਰਨ ਦਾ, ਪਰ ਇਹ ਨਾ ਇੱਕ ਬੋਲਟ ਹੁੰਦੇ ਆ ਡਿਸਕ ਬ੍ਰੇਕਾਂ ਦੇ, ਜਦੋਂ ਡਿਸਅਸੈਂਬਲ ਕਰ ਲਈ ਦੀਆਂ ਦੁਬਾਰਾ ਅਸੈਂਬਲ ਕਰਨ ਵਾਸਤੇ ਇੱਕ ਬੋਲਟ ਹੁੰਦੇ, ਉਹ ਇੱਕੇ ਵਾਰੀ ਉਹ ਯੂਜ਼ ਹੁੰਦੇ, ਕੇਰਾਂ ਟਾਈਟ ਕਰ ਦਿੰਦੇ ਹਾਂ ਉਹਨਾਂ ਨੂੰ, ਉਹ ਫਿਰ ਦੁਬਾਰਾ ਯੂਜ਼ ਨਹੀਂ ਹੁੰਦੇ, ਉਹ ਨਵੇਂ ਹੀ ਲਾਉਣੇ ਪੈਂਦੇ ਆ, ਅਤੇ ਉਹ ਬੋਲਟ ਇਹਨਾਂ ਕੋਲ ਹੈ ਨਹੀਂ ਸੀਗੇ। ਉੱਥੇ ਹੀ ਬਹਿ ਗਏ ਹਾਂ ਬਾਈ ਜੀ, ਫਿਰ ਆ ਗਏ, ਅਤੇ ਹੁਣ 9 ਵੱਜ ਗਏ ਆ। 9 ਵਜੇ ਬਾਈ ਕਹਿੰਦਾ ਸੀ, ਜਿਹਨੇ ਆਪਣੇ ਟਰੱਕ 'ਤੇ ਕੰਮ ਕੀਤਾ ਉਹ ਕਹਿੰਦਾ ਸੀ ਵੀ 9 ਵਜੇ ਮੈਂ ਆਉਣਾ ਅਤੇ ਦੁਬਾਰਾ ਕੰਮ ਸਟਾਰਟ ਕਰੂੰਗਾ। ਹੁਣ 9 ਵੱਜ ਕੇ 1 ਮਿੰਟ ਹੋ ਗਿਆ, ਅਤੇ ਹੁਣ ਇੱਥੇ 2-3 ਘੰਟੇ ਹੋਰ ਲੱਗਣਗੇ ਮੈਨੂੰ ਲੱਗਦਾ ਆਪਣੇ, ਅਤੇ ਜਿੱਥੋਂ ਆਪਾਂ ਲੋਡ ਚੱਕਣਾ ਉਹ ਇੱਥੋਂ ਹੈਗੀ ਆ 5-5.5-6 ਘੰਟੇ ਦੀ ਡਰਾਈਵ ਲੋਡ ਅੱਜ, ਮਤਲਬ ਮੈਨੂੰ ਲੱਗ ਰਿਹਾ ਵਾ ਵੀ ਆਪਣੇ ਤੋਂ ਫੇਰ ਨਹੀਂ ਚੱਕਿਆ ਜਾਣਾ, ਪਰ ਚਲੋ ਕੋਈ ਨਹੀਂ, ਹੁਣ ਕੋਈ ਨਹੀਂ ਕਹਿ ਸਕਦੇ ਕਿਉਂਕਿ ਕੀ ਕਰ ਸਕਦੇ ਨਾ, ਹੋਰ ਜਿਵੇਂ ਦਿਮਾਗ ਜਿਹਾ ਤਾਂ ਬੰਦੇ ਦਾ ਖਰਾਬ ਹੁੰਦਾ, ਪਰ ਹੁਣ ਜਦੋਂ ਜਿੱਥੇ ਬੰਦਾ ਕੁਛ ਕਰ ਹੀ ਨਹੀਂ ਸਕਦਾ ਫਿਰ ਉੱਥੇ ਬੰਦਾ ਐਂ ਕਹਿ ਸਕਦਾ ਹੁੰਦਾ ਵੀ ਚਲੋ ਜੋ ਹੁੰਦਾ ਚੰਗੇ ਲਈ ਹੀ ਹੁੰਦਾ, ਪਰ ਚਲੋ ਹੁੰਦਾ ਵੀ ਹੋਊਗਾ ਚੰਗੇ ਲਈ ਐਂ, ਪਰ ਐਂ ਕਹਿ ਕੇ ਬੰਦਾ ਫਿਰ ਆਪਦੇ ਆਪ ਨੂੰ ਤਸੱਲੀ ਜੀ ਦੇ ਕੇ ਟੈਕ ਕੇ ਬਹਿ ਜਾਂਦਾ, ਮੇਰੇ ਕਹਿਣ ਦਾ ਮਤਲਬ ਵੀ ਹੋਰ ਬਾਹਲਾ ਕੁਛ ਨਹੀਂ ਹੁੰਦਾ ਚੰਗੇ ਲਈ ਤਾਂ ਸਾਰਾ ਕੁਛ ਕਿਉਂ ਹੁੰਦਾ, ਮੈਨੂੰ ਤਾਂ ਨਹੀਂ ਲੱਗਦਾ ਐਂ ਵੀ ਕਈ ਚੀਜ਼ਾਂ ਤਾਂ ਨਹੀਂ ਚੰਗੇ ਲਈ ਹੁੰਦੀਆਂ, ਪਰ ਚਲੋ ਜਿਹਨੂੰ ਜਿਵੇਂ ਚੰਗਾ ਲੱਗਦਾ, ਪਰ ਐਂ ਕਹਿ ਕੇ ਬੰਦਾ ਇੰਨਾ ਵਾ ਵੀ ਆਪਦੇ ਆਪ ਨੂੰ ਤਸੱਲੀ ਜੀ ਦੇ ਲੈਂਦਾ ਵੀ ਹਾਂ ਚਲੋ ਜੋ ਹੁੰਦਾ ਚੰਗੇ ਲਈ ਹੀ ਹੁੰਦਾ। ਅਤੇ ਦੂਜੀ ਗੱਲ, ਕੱਲ੍ਹ ਮੈਂ ਦੇਖੀ ਬਾਈ ਜੀ ਅਵਰ ਪਲੈਨਟ ਦੀ 2 ਸੀਰੀਜ਼ ਨੈੱਟਫਲਿਕਸ 'ਤੇ, ਵੈੱਬ ਸੀਰੀਜ਼ ਆ, ਬਹੁਤ ਸੋਹਣੀ ਆ ਬਾਈ ਜੀ, ਇੰਨੀ ਕੁ ਸ਼ਾਂਤੀ ਜੀ ਆ ਉਹਦੇ 'ਚ, ਮਤਲਬ ਆਪਣੇ ਪਲੈਨਟ ਬਾਰੇ ਆ, ਪਸ਼ੂ ਜਾਨਵਰ ਲਟਰਮ ਬਟਰਮ ਜੋ ਵੀ ਮਾਈਗ੍ਰੇਸ਼ਨ ਕਰਦੇ ਆ ਨਾ, ਠੰਡ 'ਚ ਇੱਧਰ ਚਲੇ ਗਏ, ਗਰਮੀ 'ਚ ਉੱਧਰ ਚਲੇ ਗਏ, ਰਾਹ 'ਚੋਂ ਖਾਧੇ ਜਾਂਦੇ ਆ ਜਾਂ ਉਹ ਕਿਸੇ ਨੂੰ ਖਾ ਜਾਂਦੇ ਆ, ਉਹ ਚੀਜ਼ ਆ, ਉਹ ਚੀਜ਼ ਦੇ ਉੱਤੇ ਬੇਸਡ ਆ, ਬਹੁਤ ਵਧੀਆ ਵੈੱਬ ਸੀਰੀਜ਼ ਆ, ਦੇਖਣ ਵਾਲੀ ਆ, ਉਹ ਦੇਖ ਲਿਓ। ਮੈਂ ਕੱਲ੍ਹ ਉਹੀ ਦੇਖ ਕੇ ਟਾਈਮ ਪਾਸ ਕੀਤਾ, ਅਤੇ ਫਿਰ ਆਪਾਂ ਟਰੱਕ 'ਚ ਹੀ ਸੌਂ ਗਏ ਸੀਗੇ, ਬੰਦੇ ਮੈਨੂੰ ਕਹਿੰਦੇ ਸੀ ਹੋਟਲ ਰੂਮ ਲੈ ਲਾ ਆਪਦਾ, ਹੋਟਲ 'ਚ ਚਲਿਆ ਜਾ ਇੱਥੇ ਨੇੜੇ ਹੀ ਆ, ਮੈਂ ਕਿਹਾ ਟਰੱਕ 'ਚ ਵਧੀਆ ਨਾਲੇ ਰੋਟੀ ਪਾਣੀ ਹੈਗਾ ਆਪਣੇ ਕੋਲ, ਹੈ ਨਾ, ਅਤੇ ਨਾਲੇ ਫਿਰ ਟਰੱਕ ਕਰਕੇ ਤੁਹਾਨੂੰ ਪਤਾ ਨਜ਼ਾਰਾ ਘਰ ਵੀ ਨਹੀਂ ਆਉਂਦਾ। ਅਤੇ ਚਲੋ ਹੁਣ ਇਹਨਾਂ ਦੀ ਵੇਟ ਕਰਦੇ ਹਾਂ ਕਿੰਨਾ ਕੁ ਟਾਈਮ ਲਾਉਂਦੇ ਆ। ਇੱਕ ਵਧੀਆ ਗੱਲ ਇਹਨਾਂ ਦੀ ਇਹ ਸੀਗੀ ਵੀ ਇੱਥੇ ਵਾਈਫਾਈ ਸੀਗਾ, ਅਤੇ ਟਰੱਕ 'ਚ ਵੀ ਰੇਂਜ ਆਈ ਗਈ ਵਾਈਫਾਈ ਦੀ, ਅਤੇ ਨੈੱਟਫਲਿਕਸ ਚੱਲੀ ਗਿਆ, ਉਹ ਤਾਂ ਚਲੋ ਡਾਟਾ ਵੀ ਸੀਗਾ ਆਪਣੇ ਕੋਲ, ਪਰ ਡਾਟਾ ਮੁੱਕ ਜਿਹੜਾ ਸੀ ਨਾ, ਤੁਹਾਨੂੰ ਪਤਾ ਵੈੱਬ ਸੀਰੀਜ਼ ਦੀਆਂ ਤਾਂ ਸੂਟੇ ਹੀ ਖਿੱਚਦੀਆਂ ਡਾਟੇ ਦੇ, ਅਤੇ ਉਹ ਚਲੋ ਚੀਜ਼ ਸੀਗੀ, ਟਾਈਮ ਪਾਸ ਆਪਣਾ ਹੋ ਗਿਆ ਵਧੀਆ। ਹੁਣ ਅੱਗੇ ਦੀ ਰਿਪੋਰਟ ਸਾਨੂੰ ਦਿੰਦੇ ਹਾਂ ਜਦੋਂ ਆਪਾਂ ਨੂੰ ਟਰੱਕ ਮਿਲਦਾ ਬਾਈ ਜੀ। ਸਤਿ ਸ਼੍ਰੀ ਅਕਾਲ। ਟਰੱਕ ਆਪਣਾ ਰੈਡੀ ਆ ਬਾਈ ਜੀ, ਟਾਈਮ ਤਾਂ ਆਪਣਾ ਖਾਸਾ ਹੀ ਖਰਾਬ ਹੋਇਆ, ਪਰ ਪੈਸੇ ਵੀ ਖਾਸੇ ਹੀ ਲੱਗ ਗਏ, $1100 ਲੱਗਿਆ ਬਾਈ ਜੀ। ਸਕਰਿਊ ਪਾਏ ਆ ਬਾਈ ਹੁਣਾਂ ਨੇ,
ਲੇਬਰ ਹੀ ਮਹਿੰਗੀ ਆ, ਲੇਬਰ $693 ਲੇਬਰ ਪਾਈ ਆ। ਬ੍ਰੇਕ ਪੈਡ ਕਿੱਟ ਫਟਿਆ ਨਹੀਂ, ਮੈਂ ਕਿਹਾ ਸੀ ਨਾ ਪਾਈ, ਚਲ ਕੋਈ ਪਾਤੀ ਤਾਂ ਫਿਰ ਪਾਤੀ। ਹੁਣ ਸੀਲ ਪਾਉਣੀ ਸੀਗੀ ਆਪਾਂ ਬਾਈ ਜੀ, $53 ਦੀ ਸੀਲ ਆ ਜਿਹੜੀ ਆਪਾਂ ਪਾਉਣੀ ਸੀ, ਅਤੇ $1100 ਆਪਣਾ ਲੱਗ ਗਿਆ, ਜਿਹਦੇ 'ਚੋਂ ਬ੍ਰੇਕ ਪੈਡ ਇਹਨੂੰ ਮੈਂ ਕਿਹਾ ਸੀ ਨਾ ਪਾਈ। ਮੈਂ ਕਿਹਾ ਸੀ ਸਾਰੇ ਟਰੱਕ ਦੇ ਬ੍ਰੇਕ ਪੈਡ ਚੇਂਜ ਹੋਣ ਵਾਲੇ ਆ, ਵੀ ਇਕੱਠੀ ਕਰਾਊਂਗਾ, ਪਰ ਚਲੋ ਪਾ ਤੇ ਤਾਂ ਹੁਣ ਕੀ ਕਰ ਸਕਦੇ ਹਾਂ। ਮੈਂ ਇਹਨਾਂ ਪਲੈਨਿੰਗਾਂ 'ਚ ਸੀਗਾ ਬਾਈ ਜੀ ਵੀ ਅੱਜ ਮੈਂ ਲੋਡ ਚੱਕ ਲੈਣਾ ਸੀਗਾ, ਅੱਜ ਲੋਡ ਚੱਕ ਕੇ ਵਿਨੀਪੈਗ ਜਾ ਵੜਨਾ ਸੀ, ਅੱਜ ਰਾਤ ਤੱਕ ਵਿਨੀਪੈਗ ਪਹੁੰਚ ਜਾਣਾ ਸੀਗਾ, ਅਤੇ ਲੰਮੀਆਂ ਪਲੈਨਿੰਗਾਂ ਸੀਗੀਆਂ ਪਰ ਇੱਥੇ ਹੀ ਖੇ ਹੋ ਗਈ ਸੀਗੀ ਆਪਣੀ, ਪਰ ਕੋਈ ਗੱਲ ਨਹੀਂ, ਓਕੇ ਚੱਲਦਾ। ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਬਾਈ ਜੀ, ਸ਼ੀਸ਼ਾ ਫੇਰ ਸਾਫ ਹੋ ਗਿਆ ਆਪਣਾ, ਵੈਰੀ ਨਾਈਸ ਮਾਹੌਲ ਆ। ਜਦੋਂ ਤਾਂ ਆਪਾਂ ਹੁੰਦੇ ਹਾਂ ਨਾ ਖਾਲੀ, ਉਹਨੂੰ ਨਾ ਸ਼ਿਕਾਟ ਹੀ ਪਾਉਂਦਾ ਜਾਂਦਾ, ਸ਼ਿਕਾਟ ਪਾਉਂਦਾ ਜਾਂਦਾ ਜਿਹਨੂੰ ਕਹਿੰਦੇ ਹੁੰਦੇ ਆ, ਕਿਵੇਂ ਸ਼ਿਕਾਟ ਪਾਉਂਦਾ ਜਾਂਦਾ, ਉਦੋਂ ਤਾਂ ਆਪਣਾ ਆਹੀ ਕੰਮ ਹੁੰਦਾ। ਪਰ ਇਹਦੇ ਵੀ ਸਪੀਡ ਤਾਂ ਇੰਨੀ ਕੁ ਹੁੰਦੀ ਆ ਵੈਸੇ, ਪਰ ਚੜ੍ਹਾਈ ਚੜ੍ਹਾਈ ਆ ਜਾਵੇ ਜਦੋਂ ਉਦੋਂ ਮਾੜਾ ਜਿਹਾ ਦਾ ਜਾਂਦਾ। ਮੱਕੀ ਚੈੱਕ ਕਰੋ ਬਾਈ ਜੀ, ਮੱਕੀ ਨਾ ਜਿਵੇਂ ਵਿੱਚ ਦੀ ਕੋਈ ਸਿੰਗਲ ਰੋਡ 'ਤੇ ਹੋਇਆ ਉੱਥੇ ਦਿਖਾਊਂਗਾ, ਇੰਨੀ ਮੱਕੀ ਸਿਰਾ ਬਾਈ ਜੀ, ਇੰਨੀ ਸੋਹਣੀ ਮੱਕੀ ਹੈ। ਪਰ ਆਪਣੇ ਤਾਂ ਮੱਕੀ ਵਾਲਿਆਂ ਦਾ ਬੁਰਾ ਹਾਲ ਹੋਇਆ ਪਿਆ ਕਿ ਜਿਹਨਾਂ ਨੇ ਮੱਕੀ ਪਾਈ ਹੈ, ਮੱਕੀ ਕੀਤੀ ਹੈ ਨਾ, ਚਾਰ ਪਾਉਣ ਦੀ ਫੀਲਿੰਗ ਤਾਂ ਬਾਈ ਉਹਨਾਂ ਦੀ ਖਰਾਬ ਹੋ ਗਈ ਜਿਹਨਾਂ ਨੇ ਮੱਕੀ ਬੀਜੀ ਆ। ਮੀਂਹ ਮੂੰਹ ਪੈ ਗਏ ਜ਼ਿਆਦਾ, ਟਰੈਕਟਰ ਟਰੁਕਟਰ ਬਹੁਤ ਖਲਦੇ, ਮੈਂ ਵੀਡੀਓ ਜਿਹੀਆਂ ਦੇਖੀਆਂ ਸੀ, ਮੈਨੂੰ ਕਹਿੰਦੇ ਮੱਕੀ ਨਹੀਂ ਬੀਜਦੇ ਗਾਂਹ ਨੂੰ। ਹਾਂ ਬਾਈ ਨੇ ਭਜਾ ਲਿਆ ਜ਼ਿਆਦਾ ਹੁਣ ਆਪਣੇ ਤੋਂ, ਉਹਨਾਂ ਦੀ ਭਰਾਵਾ ਸਾਈਡ 'ਤੇ ਲਾ ਲੈਂਦੇ ਹਾਂ, ਫਿਰ ਹੋਰ ਕੀ ਕਰੀਏ। ਜਿਹੜੇ ਬੰਦੇ ਪੁਰਾਣਾ ਵਲੌਗ ਦੇਖ ਕੇ ਆਏ ਆ ਉਹਨਾਂ ਨੂੰ ਤਾਂ ਚਲੋ ਪਤਾ ਵੀ ਕੀ ਹੋ ਰਿਹਾ, ਜਿਹੜੇ ਜਿਨ੍ਹਾਂ ਨੇ ਐਸੇ ਵਲੌਗ ਤੋਂ ਸ਼ੁਰੂ ਕੀਤਾ ਉਹਨਾਂ ਨੂੰ ਦੱਸ ਦਿਆਂ ਵੀ ਆਪਾਂ ਹੁਣ ਅਗਲਾ ਲੋਡ ਚੱਕਣ ਜਾ ਰਹੇ ਹਾਂ, ਅਤੇ ਕੱਲ੍ਹ ਲੋਡ ਚੱਕਣਾ ਸੀ, ਕੱਲ੍ਹ ਆਪਣਾ ਅੱਜ ਸਵੇਰੇ ਲੋਡ ਚੱਕਣਾ ਸੀ, ਕੱਲ੍ਹ ਆਪਣਾ ਫਿਰ ਟਰੱਕ ਖਰਾਬ ਹੋ ਗਿਆ ਆਪਾਂ ਨੂੰ ਠੀਕ ਕਰਾ ਕੇ, ਅਤੇ ਹੁਣ ਅੱਜ ਆਪਾਂ ਰਾਤ ਨੂੰ ਉੱਥੇ ਪਹੁੰਚਾਂਗੇ, ਰਹਿ ਗਈ 4-3.5 ਘੰਟੇ ਦੀ ਡਰਾਈਵ, ਅਤੇ ਉੱਥੇ ਜਾ ਕੇ ਖੜ੍ਹ ਜਾਣਾ ਆਪਾਂ, ਅਤੇ ਕੱਲ੍ਹ ਨੂੰ ਸਵੇਰੇ ਲੋਡ ਚੱਕਾਂਗੇ। ਜੌਨ ਡੀਅਰ ਦੇ ਸ਼ਾਇਦ ਪਾਰਟ ਹੋਣਗੇ ਕੋਈ ਟਰੈਕਟਰ ਦੇ ਜਾਂ ਮਸ਼ੀਨ ਦੇ, ਅਤੇ ਜਾਂ ਕੋਈ ਟਰੈਕਟਰ ਵਗੈਰਾ ਹੀ ਹੋਊਗਾ, ਮਸ਼ੀਨਰੀ ਜੀ ਆ, ਮਤਲਬ ਜੌਨ ਡੀਅਰ ਦਾ ਸਮਾਨ ਆ, ਇਹ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗੂਗਾ ਵੀ ਚੱਕਣਾ ਕੀ ਆਪਾਂ। ਅਤੇ ਹੁਣ ਬਸ ਆਪਾਂ ਜਾਈ ਜਾ ਰਹੇ ਹਾਂ 35 ਦੇ ਉੱਤੇ, I-35 ਦੇ ਜਿਹੜੇ ਬੰਦਿਆਂ ਨੂੰ ਪਤਾ ਵਾ ਮਨਿਆਪਲਿਸ ਤੋਂ ਥੱਲੇ ਨੂੰ ਚੱਲਦਾ ਰੋਡ, ਤੁਰੇ ਜਾ ਰਹੇ ਹਾਂ ਆਪਾਂ ਬਾਈ ਜੀ। ਰਾਤ ਨਾ ਬਾਈ ਜੀ ਆਪਾਂ ਇੱਥੇ ਆ ਕੇ ਖੜ ਗਏ ਸੀ ਜਿੱਥੋਂ ਆਪਾਂ ਲੋਡ ਚੱਕਣਾ, ਚੈੱਕ ਇਨ ਕਰਿਆ ਦਾ ਪੇਪਰ ਆਪਾਂ ਨੂੰ ਮਿਲ ਗਏ। ਆਹ ਆਪਣਾ ਟਰੱਕ ਖੜ੍ਹਾ, ਰਾਤ ਇੰਨੇ ਕੁ ਟਰੱਕ ਖੜ੍ਹੇ ਸੀ, ਮੈਂ 9:30 ਆਇਆ, ਅਤੇ ਬਾਅਦ 'ਚੋਂ ਆ ਕੇ ਦੇਖ ਲਓ ਸਾਰਾ ਭਰ ਗਿਆ। ਜੌਨ ਡੀਅਰ ਦੇ ਮਸ਼ੀਨ ਦੇ ਪਾਰਟ ਆ, ਆਪਾਂ ਓਵਰ ਸਾਈਜ਼ ਤਾਂ ਨਹੀਂ ਚੱਕ ਰਹੇ ਕਿਉਂਕਿ ਇਹ ਆਪਾਂ ਚੱਕ ਨਹੀਂ ਸਕਦੇ, ਚੱਕੇ ਜਾਂਦੇ ਲੋ ਬੋਆਏ ਟਰੱਕਾਂ ਦੇ, ਮੈਂ ਤੁਹਾਨੂੰ ਦਿਖਾਉਂਦਾ ਵਾ ਟ੍ਰੇਲਰਾਂ ਦੇ ਲੋ ਬੋਆਇਆਂ ਦੇ। ਆਹ ਆਪਣੇ ਵਾਲਾ ਖੜ੍ਹਾ, ਜਿਹੜੀਆਂ ਮਸ਼ੀਨਾਂ ਨਾ ਬਾਈ ਜੀ ਉਹ ਇਹਨਾਂ ਦੇ ਚੱਕੀਆਂ ਜਾਂਦੀਆਂ, ਜਿਵੇਂ ਆਪਣੇ ਵਾਲੇ 'ਤੇ ਤਾਂ ਉੱਚਾ ਬਹੁਤ ਹੋ ਗਿਆ ਨਾ ਜਗਾੜ, ਜਿਹੜੀਆਂ ਮਸ਼ੀਨਾਂ ਮਸ਼ੀਨਾਂ ਹੁੰਦੀਆਂ ਫਿਰ ਉਹ ਇਹਨਾਂ 'ਤੇ ਚੱਕਦੇ, ਇਹਨਾਂ ਨੂੰ ਲੋ ਬੋਏ ਕਹਿ ਦਿੰਦੇ ਆ, ਇਹ ਅਲੱਗ ਹੋ ਜਾਂਦੇ ਆ ਇੱਥੋਂ। ਆਹ ਜਗਾੜ ਇਹਦਾ ਅੱਗੇ ਨਿਕਲ ਜਾਂਦਾ ਅਤੇ ਆਹ ਰੈਂਪ ਜਿਹਾ ਬਣਿਆ ਰਹਿ ਜਾਂਦਾ, ਰੈਂਪ ਤੋਂ ਫਿਰ ਉੱਪਰ ਚੜ੍ਹਾ ਲੈਂਦੇ ਆ। ਬਾਈ ਨੇ ਮਸ਼ੀਨ ਹੀ ਚੱਕਣੀ ਹੋਊਗੀ ਆਹ 'ਤੇ, ਉਹ ਚੱਕੀ ਖੜ੍ਹਾ ਵਾ, ਚੀਨਾ ਕੱਢੀ ਖੜ੍ਹਾ ਬਾਹਰ,
ਉਹ ਕਿਸੇ ਦਾ ਟਰੈਕਟਰ ਟੰਗਿਆ ਹੋਇਆ ਉਹ ਦਿਖਾ ਕੇ ਲਿਆਉਂਦਾ ਤੁਹਾਨੂੰ, ਆਹ ਕਿਸੇ ਨੇ ਦੂਜੀਆਂ ਲੱਦੀਆਂ ਫੋਕ ਲੈਫਟਾਂ ਜੀਆਂ, ਫੋਕ ਲੈਫਟਾਂ ਨਹੀਂ ਇਹਨਾਂ ਨੂੰ ਕੋਈ ਹੋਰ ਕਹਿੰਦੇ ਆ, ਮੈਨੂੰ ਹੁਣ ਨਾਂ ਨਹੀਂ ਆ ਰਿਹਾ ਇਹਦਾ। ਆਹ ਕੰਮ ਵੀ ਵਧੀਆ ਬਾਈ ਜੀ, ਲੋਹ ਬੋਏ ਵਾਲਾ। ਇਹਦੇ 'ਤੇ ਐਂ ਹੁੰਦਾ ਜ਼ਿਆਦਾਤਰ ਲੋਹੜ ਸੋਹਣੇ ਸੋਹਣੇ ਹੁੰਦੇ ਆ, ਜਿਵੇਂ ਆਹ ਲੋਹੜ ਹੁਣ ਸੋਹਣਾ ਕਿੰਨਾ ਲੱਗ ਰਿਹਾ। ਇੱਕ ਹੁੰਦਾ ਇਹਨੂੰ ਫਲੈਟ ਕਹਿ ਦਿੰਦੇ ਆ, ਆਹ ਲੋਹ ਬੋਏ ਆ। ਇੱਕ ਮੈਨੂੰ ਲੱਗਿਆ ਕਦੇ ਸਟੈਪ ਆ, ਸਟੈਪ ਮਤਲਬ ਇੰਨਾ ਨੀ ਇਹਦੇ ਨਾਲੋਂ ਨੀਵਾਂ ਹੁੰਦਾ ਪਰ ਸਿੱਧਾ ਹੀ ਹੁੰਦਾ, ਇਹ ਵਿਚਾਲੋ ਹੋਰ ਵੀ ਨੀਵਾਂ। ਲੋਹ ਬੋਏ ਹੀ ਵਾਲੇ ਆਏ ਵੇ ਆ। ਆਹ ਦੇਖੋ ਟਰੈਕਟਰ ਲੱਗਿਆ ਬਾਈ ਨੂੰ, ਚੀਨਾ ਵਾਲੇ ਲੋਹੜ ਵੈਸੇ ਹੈ ਸੌਖੇ ਆ, ਇਹ ਲੱਦ ਕੇ ਇੱਥੇ ਪਤਾ ਨਹੀਂ ਕਾਹਦੋਂ ਖੜਾ ਵਾ। ਨੈਸ ਮਾਹੌਲ ਆ, ਧੂਮਰਪਾਨ ਵੀ ਕਰਦੇ ਆ ਬਾਈ। ਆਹ ਫਲੈਟ ਆ, ਇਹਦੇ 'ਤੇ ਲੋਹੜ ਹੋਰ ਆ ਜਾਂਦੇ ਆ, ਮਤਲਬ ਫੱਟੇ ਨਾਲੋਂ 2 ਫੁੱਟ ਹੋਰ ਨੀਵੇਂ ਹੋ ਜਾਂਦੇ ਆ, ਫੁੱਟ 2 ਫੁੱਟ, ਪਰ ਇਹਦੇ 'ਤੇ ਜ਼ਿਆਦਾ ਹੀ ਨੀਵੇਂ ਆ। ਅਤੇ ਆਪਣੀ 8 ਵਜੇ ਅਪੁਆਇੰਟਮੈਂਟ ਸੀਗੀ, ਆਪਾਂ 7:30 ਵਜੇ ਉੱਠ ਕੇ ਗਏ ਆ। ਸਾਰੇ ਟਰੱਕ ਵਾਲੇ ਬਾਈ ਉੱਥੇ ਖੜ੍ਹੇ ਲੈਣ ਲਈ ਗੇਟ ਮੂਹਰੇ, ਮੈਂ ਕਿਹਾ ਲੈ ਹੋ ਗਿਆ ਕੰਮ, ਪਰ ਇੰਨਾ ਸ਼ੁਕਰ ਆ ਵੀ ਉਹ ਅਪੁਆਇੰਟਮੈਂਟ ਦੇ ਹਿਸਾਬ ਨਾਲ ਹੀ ਕੰਮ ਕਰਦੇ ਆ। ਜਦੋਂ ਆਪਾਂ ਉੱਥੇ ਪਹੁੰਚੇ ਅਤੇ ਜਾਂਦਿਆਂ ਨੂੰ ਆਵਾਜ਼ ਵੱਜ ਗਈ ਬਾਏ ਟਰਾਂਸਪੋਰਟ, ਮੈਂ ਕਿਹਾ ਹਾਜ਼ਰ ਜੀ। ਅਤੇ ਹੁਣ ਲੋਡ ਚੱਕਦੇ ਹਾਂ ਬਾਈ ਜੀ, ਦੇਖਦੇ ਹਾਂ ਕੀ ਹੋਊਗਾ। ਮੇਲਾ ਲੱਗਿਆ ਹੋਇਆ ਪੂਰਾ ਫੁੱਲ ਇੱਥੇ ਸਾਰੇ। ਆਹ ਵੀ ਦੇਖੀਏ ਕੀ ਚੱਕਿਆ ਬਾਈ ਜੀ। ਚੀਨਾ ਵਾਲੇ ਲੋਡ ਵੈਸੇ ਸੌਖੇ ਆ ਚੱਕਣੇ, ਸਿੰਪਲ ਹੁੰਦੇ ਆ, ਥੋੜ੍ਹਾ ਜਿਹਾ ਹਿਸਾਬ ਆਉਣ ਦੀ ਗੱਲ ਆ ਬਸ, ਬਾਅਦ 'ਚੋਂ ਬੰਦਾ ਬੈਲਟਾਂ ਮਾਰਨ ਨਾਲੋਂ ਸੌਖਾ ਰਹਿੰਦਾ। ਹੁਣ ਦੇਖੋ ਬਾਈ ਨੇ 2 ਚੇਨਾਂ ਉੱਧਰ ਉੱਧਰ ਨੂੰ ਮਾਰੀਆਂ ਅਤੇ 2 ਚੇਨਾਂ ਗਾਂਹ ਨੂੰ ਮਾਰੀਆਂ, ਜਿਵੇਂ ਆਹ ਮਸ਼ੀਨ ਬੰਨਣੀ ਆ, 2 ਚੇਨ ਇੱਧਰ ਨੂੰ, ਇੱਕ ਉੱਧਰ ਨੂੰ, ਇੱਕ ਆਹ ਦੇਖੋ ਇੱਧਰ ਨੂੰ, ਇੱਕ ਉੱਧਰ ਨੂੰ, ਆਈ ਇਹਨੂੰ ਬਸ। ਜਿਵੇਂ ਆਹ ਟੋਟਲ 3 ਮਸ਼ੀਨਾਂ ਅਤੇ ਇਹਨੂੰ 4 ਚੇਨਾਂ ਮਾਰੀਆਂ, ਟੋਟਲ 12 ਚੇਨਾਂ ਮਾਰੀਆਂ ਹੋਈਆਂ। ਚਲੋ ਫੋਨ ਕਰਨਗੇ ਬਾਈ, ਕਹਿੰਦੇ ਫੋਨ ਕਰਦੇ ਆ ਤੁਹਾਨੂੰ। ਅਤੇ ਮੈਨੂੰ ਘਰੋਂ ਨਿਕਲੇ ਨੂੰ ਅੱਜ ਹੋ ਗਿਆ ਬਾਈ ਜੀ ਦਿਨ, ਆਪਾਂ ਨਿਕਲੇ ਸੀਗੇ ਸੰਡੇ ਦੇ ਨਿਕਲੇ ਹਾਂ ਅਤੇ ਅੱਜ ਹੋ ਗਿਆ ਸ਼ੁੱਕਰਵਾਰ। ਅੱਜ ਆਪਾਂ ਰਾਤ ਨੂੰ ਘਰ ਪਹੁੰਚਣੇ ਚਾਹੀਦੇ ਹਾਂ ਸ਼ੁੱਕਰਵਾਰ ਨੂੰ। ਆਪਣਾ ਟਰੱਕ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ, ਨਹੀਂ ਤਾਂ ਆਪਾਂ ਕੱਲ੍ਹ ਸਵੇਰੇ ਆਹ ਕੰਮ ਕਰ ਰਹੇ ਹੋਣੇ ਜਿਹੜਾ ਆਪਾਂ ਅੱਜ ਕਰ ਰਹੇ ਹਾਂ, ਮਤਲਬ ਕੱਲ੍ਹ ਸਵੇਰੇ ਲੋਡ ਚੱਕ ਲੈਣਾ ਸੀਗਾ, ਪਰ ਉਹ ਚਲੋ ਚੱਲਦਾ ਰਹਿੰਦਾ ਇੰਨਾ ਕੁ ਨੋਰਮਲ ਆ, ਉੱਦਾਂ ਗੱਲ ਕਰ ਰਿਹਾ। ਵੀ ਪਹੁੰਚੀਏ ਘਰਿਆਂ ਨੂੰ ਕਹੀਏ ਨਾ, ਘਰਾਂ ਨੂੰ ਪਹੁੰਚ ਗਏ। ਅਤੇ ਮੇਰਾ ਇਰਾਦਾ ਬਣ ਰਿਹਾ ਵਾ ਆਪਾਂ ਟਰੱਕ ਦੇ ਕੰਮ ਹੋਰ ਵੀ ਕਰਾਉਣੇ ਆ, ਵੀ ਆਪਾਂ ਅੱਜ ਰਾਤ ਨੂੰ ਘਰ ਜਾਈਏ, ਛੱਤੀ ਔਫ ਨਾ ਪਈਏ, ਯਾਰਡ 'ਚ ਲੋਡ ਇਹ ਛੱਡ ਕੇ, ਸਿਸ ਕਾਟੂਨ ਮਤਲਬ ਯਾਰਡ 'ਚ ਲੋਡ ਛੱਡੀਏ ਅਤੇ ਉੱਥੋਂ ਟਰੱਕ ਦੇ ਕੰਮ ਕੁੰਮ ਕਰਾ ਕੇ ਫਿਰ ਵਾਪਸ ਆ ਜਾਈਏ, ਫਿਰ ਆ ਕੇ ਖੜ ਜਾਈਏ। ਟਾਇਰ ਟੂਰ ਪੈਣ ਵਾਲੇ ਆ ਟਰੱਕ ਦੇ, ਚੱਲਦੇ ਆ ਹਜੇ ਪਰ ਪੈਣ ਵਾਲੇ ਆ, ਸ਼ੋਕਰ ਪੈਣ ਵਾਲੇ, ਹੋਰ ਮਾੜੇ ਮੋਟੇ ਕੰਮ ਹੈਗੇ ਆ ਅਤੇ ਉਹ ਮੈਂ ਕਿਹਾ ਕਰਾ ਲਈਏ। ਟ੍ਰੇਲਰ ਦੇ ਵੀ ਟਾਇਰ ਚੇਂਜ ਹੋਣ ਵਾਲੇ ਹੋਏ ਪਏ ਆ, ਆਹ ਦੇਖੋ ਆਹ ਤਾਂ ਹਜੇ ਥੋੜ੍ਹਾ ਜਿਹਾ ਉੱਕੇ ਆ, ਆਹ ਘਸਿਆ ਪਿਆ ਇਹਦੀ, ਚਲੋ ਆਪਾਂ ਨੂੰ ਲੋਡ ਵੀ ਹੈ ਨਹੀਂ ਇਹਦਾ ਪ੍ਰੋਪਰ ਚੱਕਿਆ ਹੋਇਆ ਵਾ, ਕਿਉਂਕਿ ਆਪਣੇ ਕੋਲ ਵੇਟ ਇੰਨਾ ਹੋਣਾ ਨਹੀਂ, ਪਰ ਫਿਰ ਵੀ ਇਹ ਹੁਣ ਚੇਂਜ ਹੋਣ ਵਾਲੇ ਆ ਟਾਇਰ। ਆਹ ਦੇਖੋ ਆਹ ਟਾਇਰ ਸਹੀ ਆ ਪਏ ਨਾ ਟੋਏ ਵਿੱਚ, ਆਪਣੇ ਲਈ ਘਸੇ ਵੇ ਆ, ਇਹ ਆਪਾਂ ਸਾਰਾ ਕੁਛ ਹੀ ਕੰਮ ਕਰਾਉਣਾ ਉੱਥੇ ਜਾ ਕੇ। ਇੱਕ ਐਂ ਹੋ ਜਾਂਦਾ ਆਪਾਂ ਕੰਮ, ਚਲ ਛੱਡੋ ਡਿਟੇਲ 'ਚ ਨਹੀਂ ਜਾਂਦੇ। ਆਹ ਦੇਖੋ ਟਰੱਕ ਦੇ ਟਾਇਰ ਵੀ ਹਜੇ ਥੋੜ੍ਹੇ ਜਿਹੇ ਓਕੇ ਆ, ਪਰ ਆਹ ਦੇਖੋ ਘਸੇ ਆ ਵਿਚਾਲੋ ਦੇ। Alright, thank you. You're welcome, bye. ਬੰਦੇ ਜਿਹੜੇ ਟਾਈਮ ਦੇ ਪਾਬੰਦ ਹੁੰਦੇ ਆ ਨਾ ਬਾਈ ਜੀ, ਉਹ ਮੈਨੂੰ ਵੈਰੀ ਨਾਈਸ ਲੱਗਦੇ ਆ। 8 ਵਜੇ ਦੀ ਅਪੁਆਇੰਟਮੈਂਟ ਸੀ, 7:50 'ਤੇ ਉਹਨਾਂ ਦੀ ਕਾਲ ਆ ਗਈ ਵੀ ਬਾਈ ਅੰਦਰ ਆ ਜਾਓ, ਤੁਹਾਡੇ ਸਵਾਗਤ ਵਾਸਤੇ ਅਸੀਂ ਰੈਡੀ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਭਾਅ ਜੀ, ਲੋਡ ਕਰਾਉਂਦੇ ਹਾਂ। ਆਪਾਂ ਸੈਲਫ ਮਰੀ ਸਾਰਿਆਂ ਨੇ ਕੰਮ ਖਿੱਚਤਾ ਬਾਈ ਜੀ, ਇੱਕ ਟਰੱਕ ਲੰਘ ਗਿਆ, 2 ਆਹ ਬਾਈ ਹੁਣੀ ਹੋਰ ਤਲਪੇ, ਅਤੇ ਆਪਣੀ ਹਜੇ ਏਅਰ ਹੀ ਨਹੀਂ ਭਰੀ, ਇਹ ਤਾਂ ਬਾਹਰ ਨੂੰ ਤੁਰ ਗਿਆ, ਕੀ ਗੱਲ ਗੁੱਸੇ ਹੋ ਗਿਆ।
ट्रक बड़े सोहने सोहने खड़े आ। मशीना देखो बई जी आहा हैगा अपने कोले चार्ट आपां इत्थों तुरे इधर नूं गए आ हुण आपां जाणा ऐ नूं दुबा चौधर नूं उधर नूं जाणा ते फिर जाणा उधर नूं ये उत्थे अपनी लोडिंग ते वेटिंग हो रही है उन्हां दे कहण अनुसार आहा आइटम चकनी हो सकदी आ आपां ਪੈਰ ਜੇ ਵੀ ਚੱਕਣੇ ਹੋ ਸਕਦੇ ਆ ਕਹਿੰਦਾ ਉੱਥੇ ਜਾ ਕੇ ਪਤਾ ਲੱਗੂ ਵੀ ਕੀ ਆ ਆ ਲਿਆ ਬਾਈ ਕਟਰ ਜਿਹਾ 53 ਫੁੱਟ ਹੀ ਲੱਗਦਾ ਵੀ ਮੈਨੂੰ ਪੂਰਾ ਵੱਡਾ ਹੀ ਉਤਰ ਕੇ ਦੇਖਦੇ ਹਾਂ ਕੀ ਮਾਹੌਲ ਚਾਲ ਆ ਕਟਰ ਨੂੰ ਆਪਾਂ ਚੇਨਾਂ ਪਾਵਾਂਗੇ ਕਿ ਬੈਲਟਾਂ ਪਾਵਾਂਗੇ ਇਹ ਆਪਾਂ ਨੂੰ ਥਿੰਕ ਕਰਨਾ ਪੈਣਾ ਬਾਈ ਜੀ ਕਿਉਂਕਿ ਆਪਾਂ ਇਹ ਚੀਜ਼ ਪਹਿਲਾਂ ਚੱਕੀ ਨਹੀਂ ਕਦੇ ਇਹ ਤਾਂ ਮਿੰਟ ਹੀ ਮਾਰਦੇ ਆ ਠਨ ਠਨ ਗੋਪਾਲ ਹੋ ਗਈ ਇਹ ਤਾਂ ਸਿਰਾ ਲੱਗ ਗਿਆ ਬਾਈ ਜੀ ਅਠਤਾਲੀ ਫੁੱਟ ਹੋਊਗਾ ਮੈਨੂੰ ਲੱਗਦਾ ਕਟਰ ਬਾਈ ਜੀ ਇਹ 2-3 ਫੁੱਟ ਥਾਂ ਪਿੱਛੇ ਆ 2-3 ਕੁ ਮੂਹਰੇ ਆ ਇੱਥੇ ਬੈਲਟ ਪਾਵਾਂਗੇ ਇੱਕ ਤਾਂ ਚੇਨਾ ਪਾਉਣ ਦੇ ਲਈ ਆ ਪ੍ਰੋਪਰ ਸਪੋਟ ਬਣੇ ਆ ਬਾਈ ਜੀ ਐਂ ਨਹੀਂ ਹੈਗਾ ਵੀ ਆਪਾਂ ਜਿੱਥੇ ਜੀ ਕਰਦਾ ਜਾਂ ਜਿੱਥੇ ਲੋਡ ਜਿਹਾ ਲੱਗਦਾ ਜਿੱਥੇ ਸੌਖੀ ਆ ਉੱਥੇ ਚੇਨ ਪਾ ਦਈਏ ਪੂਰੀਆਂ 8 ਚੇਨਾਂ ਪੈਣੀਆਂ ਸੀ ਇਹਨੂੰ ਆ ਜਿਵੇਂ ਦੇ ਸਪੋਟ ਮੈਂ ਤੁਹਾਨੂੰ ਦਿਖਾ ਰਿਹਾ ਐਵੇਂ ਦੇ ਹੀ ਸਪੋਟ ਪਰਲੇ ਪਾਸੇ ਵੀ ਬਣੇ ਹੋਏ ਸੀਗੇ 2 ਬੈਲਟਾਂ ਪਾਈਆਂ ਸੀ ਅਤੇ 8 ਚੇਨਾਂ ਸੀਗੀਆਂ ਚੇਨਾਂ 4 ਹੀ ਸੀਗੀਆਂ ਪਰ 8 ਵਾਂਗੂ ਕੰਮ ਆ ਗਈਆਂ ਆਪਣੇ ਕੋਲ ਐਤਕੀ ਚੇਨਾਂ ਅਤੇ ਬੂਮਰ ਸਾਰੇ ਹੀ ਨਵੇਂ ਸੀਗੇ ਅਤੇ ਨਵੇਂ ਬੂਮਰਾਂ ਦਾ ਇਹ ਹੁੰਦਾ ਵੀ ਉਹ ਪਹਿਲਾਂ ਹੀ ਟਾਈਟ ਹੋਏ ਹੁੰਦੇ ਆ ਅਤੇ ਜਦੋਂ ਵੀ ਆਪਾਂ ਪਾਉਣੇ ਆ ਉਹਨਾਂ ਨੂੰ ਪਹਿਲਾਂ ਆਪਾਂ ਨੂੰ ਖੋਲ੍ਹਣਾ ਪੈਂਦਾ ਇੱਕ ਬੂਮਰ ਹੋਰ ਹੁੰਦੇ ਆ ਹੋਰ ਤਰ੍ਹਾਂ ਦੇ ਪਰ ਉਹਨਾਂ ਨਾਲੋਂ ਆਹ ਬੂਮਰ ਬੈਸਟ ਆ ਇੱਥੇ ਦੇਖੋ ਬਾਈ ਜੀ ਵੀ ਜਿਹੜਾ ਉਹਨਾਂ ਨੇ ਉਹ ਕੁੰਡਾ ਜਿਹਾ ਬਣਾ ਕੇ ਦਿੱਤਾ ਸੀ ਉਹਦੇ 'ਚ ਬੂਮਰ ਫਸ ਨਹੀਂ ਸੀ ਰਿਹਾ ਅਤੇ ਫਿਰ ਆਪਾਂ ਉਹਦੀ ਮੇਨ ਐਂਗਲ ਨੂੰ ਹੀ ਮਤਲਬ ਤੁਸੀਂ ਦੇਖ ਹੀ ਸਕਦੇ ਹਾਂ ਮੈਂ ਕਿਵੇਂ ਕਹਿ ਰਿਹਾ ਵੀ ਆਪਾਂ ਪਿੱਛੋਂ ਬੂਮਰ ਪਾਤਾ ਉੱਥੇ ਆਪਾਂ ਪਾ ਸਕਦੇ ਹਾਂ ਕੋਈ ਚੱਕਰ ਨਹੀਂ ਅਤੇ ਇੱਥੇ ਆਪਾਂ ਬੂਮਰ ਟਾਈਟ ਕਰਤਾ ਸੀਗਾ ਪਰ ਫਿਰ ਵੀ ਚੇਨ ਨਹੀਂ ਟਾਈਟ ਹੋਈ ਅਤੇ ਦੁਬਾਰਾ ਆਪਾਂ ਬੂਮਰ ਸਾਰਾ ਖੋਲ੍ਹ ਕੇ ਇੱਕ ਕੁੰਡਾ ਟਾਈਟ ਕਰਕੇ ਚੇਨ 'ਚ ਮਤਲਬ ਫਿਰ ਪਾਇਆ ਅਤੇ ਫਿਰ ਬੂਮਰ ਟਾਈਟ ਕੀਤਾ ਅਤੇ ਫਿਰ ਉੱਥੇ ਖਿੱਚ ਪਈ
ਗਰਮੀ ਨੇ ਚੀਕਾਂ ਕਢਾਈਆਂ ਪਈਆਂ ਸੀ ਬਾਈ ਜੀ ਇੱਥੇ ਤਾਂ ਜਮਾਂ ਹੰਭਾਤੇ ਸੀਗੇ ਅਤੇ ਪਾਣੀ ਪੂਣੀ ਪੀ ਕੇ ਸਾਹ ਲੈ ਕੇ ਬਾਕੀ ਦਾ ਲੋਡ ਫਿਰ ਬੰਨਣ ਲੱਗੇ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਮੈਂ ਦੂਜੇ ਬਾਈ ਦੇ ਨਾਲ ਬਾਈ ਬੂਮਰ ਖੋਲ੍ਹੇ ਬਿਨਾਂ ਹੀ ਬਾਈ ਜੀ ਉਹਨੂੰ ਟੈਟ ਕਰਨ ਲੱਗ ਗਿਆ ਗਰਮੀ ਨੇ ਦਿਮਾਗ ਚੱਕਿਆ ਪਿਆ ਟੋਟਲ ਆਪਾਂ 8 ਬੂਮਰ ਖੋਲ੍ਹੇ ਬਾਈ ਜੀ ਅਤੇ 4 ਆਰਮ ਦੇਖੋ ਤੁਸੀਂ ਨਾੜਾਂ ਨਿਕਲਾਈਆਂ ਪੰਪ ਹੋ ਗਈਆਂ ਪੂਰੀਆਂ ਅਤੇ ਤੱਤਾ ਹੋਇਆ ਮੈਂ ਛਾਲ ਪਹਿਲਾਂ ਮਾਰ ਗਿਆ ਬੂਮਰ ਉੱਤੇ ਫਸਾਇਆ ਹੀ ਨਹੀਂ ਫਿਰ ਚੜ੍ਹਿਆ ਤਾਂ ਗਰਮੀ ਬਾਹਲੀ ਸੀ ਬਾਈ ਜੀ ਉੱਥੇ ਨਿੰਬੂ ਪਾਣੀ ਆਪਾਂ ਬਾਈ ਜੀ 8 ਥਾਵਾਂ 'ਤੇ ਚੇਨ ਪਾਉਣੀ ਸੀਗੀ ਅਤੇ 4 ਚੇਨਾਂ ਸੀਗੀਆਂ ਆਪਣੇ ਕੋਲ 20 ਫੁੱਟ ਦੀਆਂ ਉਹੀ ਚੇਨ ਆਪਾਂ ਮਤਲਬ ਇੱਕ ਚੇਨ ਦੋ ਪਾਸੇ ਵਰਤੀ ਗਈ ਆ ਤੁਸੀਂ ਦੇਖ ਸਕਦੇ ਜਿਵੇਂ ਆਹੀ ਚੇਨ ਆਪਾਂ ਉੱਧਰਲੇ ਪਾਸੇ ਪਾਈ ਵੀ ਆ ਆਹੀ ਚੇਨ ਆਪਾਂ ਇੱਧਰ ਨੂੰ ਪਾਈ ਵੀ ਆ ਅਤੇ ਚੇਨ ਵੱਡੀ ਸੀ ਕਰਕੇ ਜਿਹੜੀ ਬਾਕੀ ਦੀ ਚੇਨ ਵੱਧ ਗਈ ਸੀ ਡੈੱਕ ਦੇ ਉੱਤੇ ਉਹਨੂੰ ਆਪਾਂ ਐਂ ਖੁੱਲ੍ਹੀ ਨਹੀਂ ਛੱਡ ਸਕਦੇ ਅਤੇ ਤਾਂ ਕਰਕੇ ਉਹਨੂੰ ਆਪਾਂ ਲੋਡ ਦੇ ਨਾਲ ਹੀ ਸਿਕਿਓਰ ਕਰਤਾ ਉਹਨੂੰ ਐਂ ਨਹੀਂ ਗਾ ਵੀ ਭੱਜੀ ਫਿਰੂਗੀ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਚਾਰੇ ਚੇਨਾਂ ਆਪਾਂ ਐਂ ਬੰਨਤੀਆਂ ਮਤਲਬ ਲੋਡ ਦੇ ਨਾਲ ਹੀ ਦੋ ਆਪਾਂ ਨੂੰ ਉਹਨਾਂ ਨੇ ਆ ਪੈਲਟ ਚੁਕਾਏ ਸੀਗੇ ਅਤੇ ਬਾਕੀ ਇੱਕ ਕਟਰ ਸੀਗਾ ਟੋਟਲ ਆਪਣੇ ਕੋਲ 3 ਪੀਸ ਸੀਗੇ ਹੁਣ ਆਪਣਾ ਲੋਡ ਸਾਰਾ ਡਨ ਆ ਅਤੇ ਆ ਗਾਰਬੇਜ ਆ ਚੱਕਣ ਵਾਲਾ ਰਹਿ ਗਿਆ ਆਪਣੇ ਕੋਲ ਹੁਣ ਜਿਹੜਾ ਰਹਿ ਗਿਆ ਬਸ ਬਾਕੀ ਕੰਮ ਨਿਬੜ ਗਿਆ ਅਤੇ ਆਹ ਕਟਰ ਜਿਹਾ ਵਾ ਇਹ ਜ਼ਰੂਰੀ ਆਈਟਮ ਆ ਇਹ ਸਾਰੇ ਜਣੇ ਆਪਦੇ ਆਪਦੇ ਟਰੱਕਾਂ 'ਚ ਰੱਖ ਲਓ ਜੇ ਕੋਈ ਟਰੱਕ ਚਲਾਉਂਦਾ ਮੇਰਾ ਵੀਰ ਭਰਾ ਅਤੇ ਕੰਮ ਆਲਮੋਸਟ ਡਨ ਆ ਬਾਈ ਜੀ ਹੁਣ
ਬਾਈ ਜੀ ਇੱਥੇ ਨਾ ਰੌਣਕਾਂ ਹੀ ਲੱਗੀਆਂ ਪਈਆਂ ਮੈਨੂੰ ਸਮਝ ਇਹ ਨਹੀਂ ਆ ਰਹੀ ਵੀ ਇੰਨਾ ਇਹ ਸਮਾਨਾ ਜਾਂਦਾ ਕਿੱਥੇ ਆ ਟਰੱਕ ਤੇ ਟਰੱਕ ਟਰੱਕ ਤੇ ਟਰੱਕ ਤੁਰਿਆ ਹੀ ਆਉਂਦਾ ਬਾਈ ਜੀ ਤੁਰਿਆ ਹੀ ਆਉਂਦਾ ਮੈਂ ਕਹਿੰਦਾ ਮੈਨੂੰ ਇੱਥੇ ਆ ਕੇ ਖੜੇ ਨੂੰ 5 ਮਿੰਟ ਹੋਏ ਆ ਪੇਪਰ ਲੈਣ ਵਾਸਤੇ ਤੇ ਚੌਥਾ ਕਿ ਪੰਜਵਾਂ ਟਰੱਕ ਨਿਕਲ ਗਿਆ ਤੇ ਇੱਕ ਹੋਰ ਆ ਗਿਆ ਕੋਈ ਕਟਰ ਲਈ ਜਾਂਦਾ ਕੋਈ ਮਸ਼ੀਨ ਲਈ ਜਾਂਦਾ ਕੋਈ ਟਰੈਕਟਰ ਲਈ ਜਾਂਦਾ ਕੋਈ ਕੁਛ ਲਈ ਜਾਂਦਾ ਕੋਈ ਕੁਛ ਲਈ ਜਾਂਦਾ ਬਾਹਲਾ ਸਾਰਾ ਕੰਮ ਆ ਬਾਈ ਜੀ ਬਾਹਲੇ ਤਕੜੇ ਪੱਧਰ ਦਾ ਕੰਮ ਆ ਜਾਣੀ ਕਹਿ ਲਓ ਤੇ ਇੱਕ ਹੋਰ ਗੱਲ ਬੰਦੇ ਫੱਟੇ 'ਚ ਆਉਣਾ ਚਾਹੁੰਦੇ ਆ ਤੇ ਆਹ ਚੀਜ਼ਾਂ ਤੁਹਾਡੇ ਨਾਲ ਹੋਣੀਆਂ ਹੀ ਹੋਣੀਆਂ ਬਾਈ ਜੀ ਹੁਣ ਆਪਾਂ ਨਹਾਉਣਾ ਵਾ ਵੈਸੇ ਜਾ ਕੇ ਐਡੀ ਵੱਡੀ ਗੱਲ ਨਹੀਂ ਹੈਗੀ ਹੁਣ ਮੈਂ ਬਾਹਲੀ ਤੁਹਾਨੂੰ ਵੱਡੀ ਬਣਾ ਕੇ ਦੱਸਦਾ ਪਰ ਬੰਦਾ ਲਿਬੜਦਾ ਵਾ ਗਰਮੀ 'ਚ ਮਰਦਾ ਰੀਫਰ ਵਾਂਗੂ ਨਹੀਂ ਆ ਜਾਂ ਡਰਾਈਵਰ ਵਾਂਗੂ ਨਹੀਂ ਵੀ ਗਏ ਨਹਾਤੇ ਧੋਤੇ ਫਰੈਸ਼ ਸੀਗੇ ਜਾ ਕੇ ਡੋਗ 'ਤੇ ਲਾਇਆ ਅਤੇ ਸੌਂ ਗਏ ਅਤੇ ਜਦੋਂ ਲੈ ਗਿਆ ਜਾਂ ਲੱਦਿਆ ਗਿਆ ਉਦੋਂ ਤੁਰ ਪਏ ਕੰਮ ਕਰਨਾ ਪੈਂਦਾ ਇੱਥੇ ਬਾਹਰ ਜਿਵੇਂ ਤੁਸੀਂ ਦੇਖ ਹੀ ਲਿਆ ਉਹ ਐਡਾ ਕੋਈ ਚੱਕਰ ਹੈ ਨਹੀਂ ਵੈਸੇ ਹੋ ਜਾਂਦਾ ਪਰ ਫਿਰ ਵੀ ਬੰਦਾ ਗਿੱਝ ਜਾਂਦਾ ਵਾ ਜਿਵੇਂ ਗਰਮੀਆਂ 'ਚ ਆਹ ਹਾਲ ਹੋ ਜਾਂਦਾ ਵਾ ਅਤੇ ਸਿਆਲਾਂ 'ਚ ਤੁਹਾਨੂੰ ਪਤਾ ਹੀ ਆ ਵੀ ਠੰਡ ਹੁੰਦੀ ਆ ਹੈ ਨਾ ਹੁਣ ਇੱਕ ਟਰੱਕ ਜੇ ਇੱਧਰ ਦੀ ਲੰਘਿਆ ਤਾਂ ਤੁਹਾਨੂੰ ਮੈਂ ਦਿਖਾਉਂਦਾ ਵਾ ਵੀ ਕਿੰਨੇ ਸੋਹਣੇ ਲੋਡ ਆ ਮਸ਼ੀਨ ਲੈ ਕੇ ਆਇਆ ਬਾਈ ਲੋਡ ਦੇਖਿਓ ਆਪਾਂ ਵੀ ਮਾਰੀਏ ਸੈਲਫ ਨਿਕਲੀਏ ਦੇਖੋ ਇੱਕ ਹੋਰ ਨਿਕਲ ਗਿਆ ਆਪਣੇ ਗੱਲ ਕਰਦੇ ਕਰਦੇ ਅਤੇ ਇੱਕ ਉਹ ਬਾਈ ਜਿਹੜਾ ਹੁਣੇ ਲੰਘ ਕੇ ਗਿਆ ਇੱਥੋਂ ਦੀ ਉਹ ਵੀ ਪੇਪਰ ਫੜ ਲਿਆ ਉਹ ਵੀ ਚੱਲਿਆ ਵਾ ਅਤੇ ਉੱਧਰਲੇ ਪਾਸੇ ਲੈਣ ਲੱਗੀ ਵੀ ਆ ਤੁਹਾਨੂੰ ਮੈਂ ਦਿਖਾਉਂਦਾ ਮਾੜਾ ਜਿਹਾ ਗਾਂਹ ਕਰਕੇ ਵੀ ਕੀ ਅਤੇ ਕੀ ਪਿਆ ਇੱਥੇ ਗਰਮੀ ਬਹੁਤ ਆਏ ਸੀ ਛੱਡੀਏ ਉਹ ਸਾਰੇ ਬੰਦੇ ਬਾਈ ਜੀ ਖੜ੍ਹੇ ਆ ਲੋਡ ਚੱਕਣ ਵਾਲੇ ਅਤੇ ਆਹ ਚੱਕ ਕੇ ਆ ਗਏ ਆ ਪਿੱਛੇ ਪੇਪਰ ਫੜੀ ਜਾਂਦੇ ਉਹ ਬਾਈ ਬਾਜ ਵਾਲਾ ਇੱਕ ਹੋਰ ਆਇਆ ਸੀਗਾ ਇਕੱਠਿਆਂ ਨੇ ਹੀ ਚੱਕਿਆ ਆਪਾਂ ਇੱਕੋ ਹੀ ਚੀਜ਼ ਚੱਕੀ ਆ ਅਤੇ ਆਹ ਸਾਰੇ ਖੜ੍ਹੇ ਆ ਆਹ ਲੋ ਬੋਆਏ ਖੜ੍ਹੇ ਆ ਲੋ ਬੋਆਏ ਕਹਿੰਦੇ ਇਹਨਾਂ ਨੂੰ ਬਾਈ ਜੀ ਲੋ ਬੋਆਏ ਇਹਨਾਂ 'ਤੇ ਮਸ਼ੀਨਾਂ ਚੱਕਦੇ ਨੇ ਆਪਣੇ ਇੱਧਰੋਂ ਟਾਇਰ ਜੇ ਆਪਾਂ ਨੂੰ ਦਿਖ ਰਹੇ ਆ ਪਿੱਛੇ ਵੀ ਉਹ ਇੱਧਰਲੇ ਪਾਸੇ ਕਟਰ ਦਿਖ ਰਿਹਾ ਕਟਰ ਦਾ ਦੇਖ ਲਓ ਬਾਈ ਜੀ ਤੁਸੀਂ ਵੀ 48 ਫੁੱਟ ਹੋਊਗਾ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਂ ਸੋਚ ਰਿਹਾ ਕਿਉਂਕਿ ਆਪਣਾ 53 ਫੁੱਟ ਟ੍ਰੇਲਰ ਆ ਅਤੇ 2-3 ਫੁੱਟ ਹੀ ਅੱਗੇ ਪਿੱਛੇ ਦੋ ਕੁ ਫੁੱਟ ਥਾਂ ਹੈਗੀ ਅੱਗੇ ਪਿੱਛੇ ਅਤੇ ਆਪਾਂ ਹੁਣ ਬਾਈ ਜੀ ਚੱਲੀਏ ਇੱਥੋਂ ਪੰਪ 'ਤੇ ਜਾ ਕੇ ਪਹਿਲਾਂ ਤਾਂ ਨਹਾਈਏ ਨਹਾ ਕੇ ਸੁਰਤ ਜੀ ਆਊਗੀ ਬਾਈ ਜੀ ਐਂ ਤਾਂ ਆਪਾਂ ਬੌਂਦਲੇ ਪਏ ਹਾਂ 21 ਮਿੰਟ ਦੀ ਡਰਾਈਵ 'ਤੇ ਪੰਪ ਆ ਰਿਹਾ ਆਪਾਂ ਨੂੰ ਪੁੱਠੇ ਚੱਲ ਪਏ ਚੱਲ ਕੋਈ ਨਹੀਂ ਇੱਧਰ ਦੀ ਚੱਲਦੀ 22 ਮਿੰਟ ਦੀ ਡਰਾਈਵ 'ਤੇ ਆ ਲੱਭਦਾ ਪੰਪ ਉੱਥੋਂ ਨਾਲੇ ਆਪਾਂ ਭਰਾਈਏ ਤੇਲ ਨਾਲੇ ਆਪਾਂ ਨਹਾਈਏ ਆਪਾਂ 10:30 ਵਜੇ ਉੱਥੋਂ ਨਿਕਲ ਜਾਈਏ ਅਤੇ ਰਾਤ ਨੂੰ 10-11 ਵਜੇ ਵਿਨੀਪੈਗ ਪਹੁੰਚ ਜਾਵਾਂਗੇ ਸਕੀਮ ਤਾਂ ਇਹ ਆ ਰਾਹ 'ਚ ਜੇ ਕੁਛ ਨਾ ਪੁੱਠਾ ਸਿੱਧਾ ਹੋਵੇ ਇੱਕ ਵਿੰਡਸ਼ੀਲਡ ਵਾਸ਼ਰ ਲੈਣਾ ਉਹ ਵਾਸ਼ਰ ਫਲੂਡ ਲੈਣਾ ਸ਼ੀਸ਼ਾ ਗੰਦਾ ਹੋ ਗਿਆ ਅਤੇ ਵਾਸ਼ਰ ਫਲੂਡ ਆਪਣਾ ਮੁੱਕ ਗਿਆ ਬਾਈ ਜੀ ਨਹਾ ਕੇ ਨਜ਼ਾਰਾ ਜਿਹਾ ਆਉਣਾ ਵਾ ਨਹਾ ਕੇ ਟਰੱਕ ਚਲਾਉਂਦਾ ਸਵਾਦ ਆਊਗਾ ਕਿਉਂਕਿ ਫਰੈਸ਼ ਹੋ ਜਾਵਾਂਗੇ ਨਾ ਖਾ ਪੀ ਲਵਾਂਗੇ ਕੁਛ ਖਾਧਾ ਵੀ ਹੈ ਨਹੀਂ ਕੁਛ ਮੈਂ ਇੱਕ ਤਾਂ ਫਾਸਟਿੰਗ ਵਾਲੀ ਫੀਲਿੰਗ ਲੈ ਜਾਂਦਾ ਵਿੱਚ ਵੀ ਭੁੱਖੇ ਰਹੀਏ ਥੋੜ੍ਹਾ ਜਿਹਾ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਚੱਕਰ ਚੱਲ ਜਾਂਦਾ ਪਰ ਕੋਈ ਚੱਕਰ ਨਹੀਂ ਬਾਰੇ ਬਾਰੀ ਜਾਵਾਂਗੇ ਲਾਈਟਾਂ ਲਾਲ ਨੇ ਇੱਥੋਂ ਲਿਫਟ ਮੁੜ ਜਾਂਦੇ ਹਾਂ ਰੀਆਂ ਹੋ ਗਈਆਂ ਵੈਰੀ ਨਾਈਸ ਇੱਕ ਵਧੀਆ ਚੀਜ਼ ਇਹ ਆ ਵੀ ਲੋਡ ਹੌਲਾ ਬਹੁਤ ਆ ਖਾਲੀ ਉੱਗਰ ਹੀ ਆ ਜਿਵੇਂ ਤੁਹਾਨੂੰ ਪਤਾ ਵੀ ਆਪਣੀਆਂ ਮਸ਼ੀਨਾਂ ਦੇ ਕਿੰਨੇ ਕੁ ਭਾਰੇ ਹੁੰਦੇ ਆ ਕਦੇ ਉਹ ਅਤੇ ਜਿਹੜਾ ਕੋਈ ਬੰਦਾ ਮਸ਼ੀਨ ਵਾਲਾ ਦੇਖਦਾ ਹੋਊਗਾ 48 ਫੁੱਟ ਦਾ ਦੇਖ ਕੇ ਤਾਂ ਇਹ ਸੋਚਦਾ ਹੋਊਗਾ ਵੀ ਬਈ ਯਾਰ 5-6 ਗੇੜਿਆਂ 'ਚ ਕਿੱਲਾ ਲੈ ਜਾਂਦੀ ਹੋਣੀ ਆ ਹੈ ਨਾ ਚਲੋ ਵੈਰੀ ਨਾਈਸ ਵੈਰੀ ਨਾਈਸ ਜਿੱਡੇ ਜਿੱਡੇ ਟਾਕਾਂ ਉੱਡਿਆਂ ਟੱਕਾਂ ਵਾਸਤੇ ਏਡੇ ਏਡੇ ਸੰਦ ਤਾਂ ਚਾਹੀਦੇ ਹੀ ਆ ਬਾਈ ਜੀ ਚਲੋ ਆਪਾਂ ਬਲੀਆਂ ਜਕੜਾਂ ਨਾ ਮਰ ਗਏ ਆਪਣੇ ਗੋਪਰੋ ਦੀ ਬੈਟਰੀ ਬਹੁਤ ਥੋੜ੍ਹੀ ਰਹਿ ਗਈ ਆ ਮੈਂ ਤਾਂ ਸੰਕੋਚ ਜਿਹਾ ਕਰ ਕਰਕੇ ਮੈਂ ਉੱਥੇ ਜੋ ਜ਼ਰੂਰੀ ਸ਼ੋਟ ਜੀ ਉੱਥੇ ਲਏ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਸੰਡੇ 'ਤੇ ਨਿਕਲੇ ਵੇ ਹਾਂ ਅਤੇ ਆਹ ਵਲੋਗ ਅਗਲਾ ਪਾਰਟ ਚੱਲ ਰਿਹਾ ਵਾ ਪਿਛਲੇ ਵਲੋਗ ਦਾ ਅਤੇ ਜਿੰਨਾ ਵੀ ਡਾਟਾ ਸਾਰਾ ਇਹਦੇ ਵਿੱਚ ਹੀ ਪਿਆ ਵਾ ਹਜੇ ਪਿਛਲੇ ਵਲੋਗ ਦਾ ਵੀ
ਕਿਉਂਕਿ ਘਰੇ ਜਾ ਕੇ ਕੱਢਾਂਗੇ ਆਪਾਂ, ਘਰੇ ਹਜੇ ਪਹੁੰਚੇ ਨਹੀਂ। ਅਤੇ ਇਹਦਾ ਦੇਖ ਲਓ ਵੀ 256 GB ਫੁੱਲ ਹੋਣ ਵਾਲਾ ਵਾ, ਮਤਲਬ ਮੇਰਾ ਮੈਨੂੰ ਲੱਗਦਾ ਵੀ ਅੱਜ ਦਾ ਵਲੋਗ ਤਾਂ ਬਣ ਜੂ, ਅੱਜ ਦੀ ਦਿਹਾੜੀ ਤਾਂ ਵਿਨੀਪੈਗ ਤਾਂ ਆਪਾਂ ਪਹੁੰਚ ਹੀ ਜਾਵਾਂਗੇ। ਪਰ ਫਿਰ ਵੀ ਗੱਲ ਕਰਦੇ ਹਾਂ ਵੀ ਲਾਲ ਹੋਈ ਪਈ ਆ ਉਹਦੀ, ਉਹ ਟੱਕ ਜਿਹਾ ਬੈਂਟਰੀ ਵਾਲਾ ਨਹੀਂ ਯਾਰ, ਕੀ ਕਰੀ ਜਾਂਦਾ, ਗਰਮੀ ਚੜ੍ਹ ਗਈ ਦਿਮਾਗ ਨੂੰ। SD ਕਾਰਡ ਵਾਲਾ, ਮੈਮਰੀ ਕਾਰਡ ਵਾਲਾ ਟੱਕ ਜਿਹਾ ਲਾਲ ਹੋਇਆ ਪਿਆ, ਉਹ ਕਹਿੰਦੇ ਵੀ ਭਰ ਗਈ ਹੋਈ ਪਈ ਆ। ਅਤੇ ਹੁਣ ਆਪਾਂ ਬਹੁਤੇ ਜਕੜ ਨਾ ਮਾਰਦੇ ਹੋਏ ਤੁਹਾਨੂੰ ਪੰਪ 'ਤੇ ਚੱਲ ਕੇ ਮਿਲਦੇ ਹਾਂ ਬਾਈ ਜੀ, ਸਤਿ ਸ਼੍ਰੀ ਅਕਾਲ। ਨਹਾ ਧੋ ਕੇ ਬਾਈ ਜੀ ਜਮਾਂ ਓਕੇ, ਰਿਪੋਰਟ ਹੋ ਗਈ ਕੰਮ। ਅਤੇ ਹੁਣ ਆਪਾਂ ਬਸ ਭਜਾਉਣਾ ਹੀ ਆ, ਟਰੱਕ ਖਿੱਚੀ ਜਾਣਾ ਇੱਥੋਂ ਆਪਾਂ। ਲੋਡ ਆਪਣਾ ਜਮਾਂ ਓਕੇ ਪਿਆ, ਕੋਈ ਚੱਕਰ ਨਹੀਂ, ਕੋਈ ਚੌਰਸ ਨਹੀਂ। ਥੋੜ੍ਹੀਆਂ ਜਿਹੀਆਂ ਚੇਨਾਂ ਮੈਂ ਪਿੱਛੇ ਨੂੰ ਖਿੱਚ ਪਾਈ ਆ, ਥੋੜ੍ਹੀਆਂ ਜਿਹੀਆਂ ਦੀ ਅੱਗੇ ਨੂੰ ਖਿੱਚ ਪਾਈ ਆ, ਫਿਰ ਉਹ ਅੱਗੇ ਪਿੱਛੇ ਨੂੰ ਮੂਵ ਨਾ ਹੋਵੇ ਇਹ ਕਰਕੇ। ਨਹਾ ਧੋ ਕੇ ਨਾ ਨਜ਼ਾਰਾ ਆ ਗਿਆ ਬਾਈ ਜੀ, ਸੈਟਿੰਗ ਹੋ ਗਈ ਜਮਾਂ ਸੈਟਿੰਗ। ਚਾਹ ਕੌਫੀ ਲਿਆਉਂਦੀ, ਮੈਂ ਕਿਹਾ ਵਾਟ ਲੰਮੀ ਆ, ਲੋਡ ਪੈ ਸਕਦੀ ਆ। ਵੈਸੇ ਮੈਂ ਪੀਨਾ ਘੱਟ ਹੀ ਆ ਕੌਫੀ, ਪਰ ਜਿਵੇਂ ਕਹਿੰਦੇ ਹੁੰਦੇ ਵੀ ਲੋਡ ਪੈ ਸਕਦੀ ਆ। ਇੱਕ ਤਾਂ ਜਦੋਂ ਮੈਨੂੰ ਕੋਈ ਵਲੌਗ ਬਣਾਉਂਦੇ ਨੂੰ ਦੇਖ ਲੈਂਦਾ ਨਾ, ਮੈਂ ਸੰਗ ਜਾਂਦਾ ਵਾਂ। ਆ ਪਿੱਛੇ ਬਾਈ ਹੁਣੀ ਮੇਰੇ ਵੱਲ ਦੇਖਣ ਲੱਗ ਗਏ। ਹੁਣ ਮੈਂ ਚੰਗੇ ਭਲੇ ਫਲੋ 'ਚ ਸੀਗਾ ਅਤੇ ਮੈਂ ਸੰਗ ਜਾਂਦਾ ਏ, ਇਹ ਚੱਕਰ ਹੋਣਾ ਨਹੀਂ ਚਾਹੀਦਾ ਏ, ਪਰ ਮੈਨੂੰ ਹੈਗਾ। ਉੱਥੇ ਆਪਣੇ ਨਾਲ ਇੱਕ ਬਾਈ ਨੇ ਲੋਡ ਚੱਕਿਆ ਜਿਹੜਾ ਬਾਈ ਟਰਾਂਸਪੋਰਟ ਦਾ ਹੀ ਸੀਗਾ ਬਾਈ, ਅਤੇ ਉੱਥੇ ਮੇਰੇ ਤੋਂ ਕਹਿ ਲਓ ਵੀ ਵਲੌਗ ਬਣਾਇਆ ਹੀ ਨਹੀਂ ਗਿਆ, ਬਾਈ ਦੇ ਸਾਹਮਣੇ ਬੋਲਿਆ ਹੀ ਨਹੀਂ ਗਿਆ ਮੇਰੇ ਤੋਂ। ਬਾਈ ਕਹਿੰਦਾ ਵੀਡੀਓ ਬਣਾਈ ਜਾਂਦਾ, ਮੈਂ ਕਿਹਾ ਹਾਂਜੀ ਵੀ ਵਲੌਗ ਬਣਾਉਣਾ। ਅਤੇ ਮੈਂ ਮਤਲਬ ਬਾਈ ਦੇ ਮੂਹਰੇ ਉੱਥੇ ਨਾਲ ਨਾਲ ਐਕਸਪਲੇਨ ਨਹੀਂ ਕਰ ਸਕਿਆ ਚੀਜ਼ ਵੀ ਕੀ ਹੋ ਰਿਹਾ ਇੱਥੇ। ਫਿਰ ਮੈਂ ਨਵਾਂ ਆਈਡੀਆ ਸੋਚਿਆ, ਜਿਵੇਂ ਹੁਣ ਤੁਸੀਂ ਵਲੌਗ ਦੇਖਿਆ ਵੀ ਪਹਿਲਾਂ ਸਾਰੀ ਵੀਡੀਓ ਬਣਾ ਲਈ, ਉਸ ਤੋਂ ਬਾਅਦ 'ਚੋਂ ਮੈਂ ਉੱਤੇ ਵੋਇਸ ਓਵਰ ਲਾ ਦਿਆ। ਇਹ ਚੀਜ਼ ਵੀ ਵਧੀਆ ਲੱਗੀ, ਅੱਜ ਕੱਲ੍ਹ ਇਹ ਚੱਲ ਵੀ ਰਹੀ ਹੈ ਅਤੇ ਇਹ ਸੌਖਾ ਵੀ ਆ ਕੰਮ ਨਾ, ਬਾਅਦ 'ਚੋਂ ਐਕਸਪਲੇਨ ਕਰਨਾ। ਇੱਕ ਤਾਂ ਜਿਵੇਂ ਹੁਣ ਉੱਥੇ ਬੰਦਾ ਹੰਭਿਆ ਪਿਆ ਹੁੰਦਾ, ਜਿਵੇਂ ਧਿਆਨ ਹੀ ਉੱਧਰ ਲੱਗਿਆ ਸੀ, ਜ਼ੋਰ ਸਾਰਾ ਉੱਧਰ ਲੱਗਿਆ ਪਿਆ ਸੀ ਹੈ ਨਾ, ਅਤੇ ਨਾਲ ਨਾਲ ਬੰਦਾ ਬੋਲਦਾ ਹੋਵੇ ਉਹਦਾ ਸਾਹ ਚੜ੍ਹ ਜਾਂਦਾ। ਕਿੱਥੇ ਗਰਮੀ ਆ ਬਾਈ ਜੀ, ਟੈਂਪਰੇਚਰ ਦਿਖਾਵਾਂ ਕਿੰਨਾ, ਇੱਥੇ ਬੜੀ ਗਰਮੀ ਆ, ਮੈਂ ਕਿਹਾ ਸਿਰਾ ਹੀ ਕਰਾਇਆ ਪਿਆ ਗਰਮੀ ਨੇ। 36 ਡਿਗਰੀ ਆ ਬਾਈ ਜੀ, ਇਹ ਤਾਂ ਸ਼ੁਕਰ ਕਰੋ ਹਵਾ ਜੀ ਚੱਲ ਪਈ ਥੋੜ੍ਹੀ ਜੀ, ਪੱਤੇ ਪੁੱਤੇ ਜੇ ਹਿੱਲਣ ਲੱਗ ਗਏ। ਉੱਥੇ ਤਾਂ ਮੈਂ ਕਹਿੰਦਾ ਧੰਨ ਧੰਨ ਹੀ ਕਰਾਈ ਪਈ ਸੀ। ਏ ਸੀ ਛੱਡ ਦਿਓ ਫੁੱਲ 'ਤੇ, ਤੇਲ ਪਾਣੀ ਆਪਣਾ ਫੁੱਲ ਆ, ਕੌਫੀ ਆਪਾਂ ਚੱਕ ਲਿਆਉਂਦੀ ਆ। ਲੋੜ ਬੰਨ ਕੇ, ਕੰਮ ਧੰਦਾ ਨਿਬੇੜ ਕੇ, ਤੇਲ ਪਾਣੀ ਭਰ ਕੇ, ਨਹਾ ਧੋ ਕੇ ਸੈੱਟ ਜਿਹਾ ਹੋ ਕੇ ਬਹਿੰਦਾ ਨਾ ਡਰਾਈਵਰ ਸੀਟ 'ਤੇ, ਅਤੇ ਉੱਧਰੋਂ ਬੰਦਾ ਜਾ ਵੀ ਸਿੱਧਾ ਘਰ ਨੂੰ ਹੀ ਰਿਹਾ ਹੋਵੇ, ਪਤਾ ਹੋਵੇ ਵੀ ਹੱਥ ਨੇ ਘਰ ਪਹੁੰਚ ਜਾਣਾ, ਫਿਰ ਆਹ ਫੀਲਿੰਗ ਵੀ ਬਾਈ ਜੀ ਸਿਰ ਹੀ ਆ ਜਾਣੀ।
ਕੰਮ ਧੰਦਾ ਕੀਤਾ ਬੰਦੇ ਨੂੰ ਜਮ੍ਹਾਂ ਭੁੱਲ ਜਾਂਦਾ, ਨਜ਼ਾਰਿਆਂ 'ਚ ਹੋ ਜਾਂਦਾ ਬੰਦਾ, ਗਾਣੇ ਗੁਣੇ ਲਾ ਕੇ ਵਾਟਾਂ ਦਾ ਫਿਰ ਖਿੱਚਦਾ ਹੀ ਜਾਂਦਾ, ਲੋੜ ਚੱਕਿਆ ਹੋਇਆ ਹੋਵੇ ਨਾ, ਇਹ ਫੀਲਿੰਗ ਵੀ ਫਿਰ ਜਿਹੜੇ ਬੰਦੇ ਹੁਣ ਕੰਮ ਕਰਦੇ ਉਹਨਾਂ ਨੂੰ ਪਤਾ, ਹੁਣ ਮੈਂ ਸਮਝਾ ਨਹੀਂ ਸਕਦਾ। ਅਤੇ ਇੱਥੇ ਆ ਕੇ ਆਪਣੀ ਸਟੋਰੇਜ ਹੋ ਗਈ ਸੀ ਫੁੱਲ ਬਾਈ ਜੀ ਗੋਪਰੋ ਦੀ। ਤੁਸੀਂ ਜਿਨ੍ਹਾਂ ਨੇ ਇੱਥੋਂ ਤੱਕ ਵਲੋਗ ਦੇਖਿਆ ਉਹਨਾਂ ਦਾ ਤਾਂ ਬਸ ਬਾਈ ਜੀ ਧੰਨਵਾਦ ਹੀ ਆ, ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ।